मतलब उस वक्त का क्रूज है। अच्छा क्रूज भी सी मतलब इन टाइट कर दो तो हैंडल छोड़ दो तो अपना अखा बंद करके चली जाता यार क्रूज 1936 ਦੇ ਵਿੱਚ ਵੀ ਮੋਟਰਸਾਈਕਲਾਂ ਦੇ ਵਿੱਚ ਕਰੂਜ਼ ਆਉਂਦਾ ਸੀ ਜਿਹੜੀਆਂ ਹੁਣ ਆਪਣੀਆਂ ਗੱਡੀਆਂ ਚ ਆਉਂਦਾ ਬਸ ਇਹਨੂੰ ਟਾਈਟ ਕਰ ਦਿਓ ਹੈਂਡਲ ਛੱਡ ਦਿਓ ਬਸ ਫਿਰ ਤੇ ਹੈਂਡਲ ਛੱਡ ਦਿਓ ਸਿੱਧਾ ਬਸ 20 ਗਨ ਸਲੂਟ ਦੀ ਸਭ ਰੈਲੀਆਂ ਚ ਫਸਟ ਪ੍ਰਾਈਜ਼ ਮਾਰ ਕੇ ਆਇਆ ਅੱਛਾ ਫਸਟ ਪ੍ਰਾਈਜ਼ ਲੈ ਕੇ ਆਇਆ ਜੀ ਜੀ ਅੱਜ ਤੱਕ ਦਾ ਓਰੀਜਨਲ ਪੇਂਟ ਗੱਡੀ ਇਹ 1954 ਮਾਡਲ ਸਾਰਾ ਓਰੀਜਨਲ ਬੁਲਟ ਕਿਹੜਾ ਪੇਂਟ ਤੋਂ ਲੈ ਕੇ ਜੀ ਮਾਡਲ ਕਿੰਨ ਕਹਿੰਦੇ ਜੀ ਮਾਡਲ ਆ ਇਹ ਦੇਖੋ ਲੈ ਆ 1942 ਆ 1942 ਦਾ ਮਾਡਲ ਦੇਖ ਰਹੇ ਹੋ ਇਹ ਸੈੱਟ ਬੈਟ ਕਰੋਗੇ ਤੁਸੀਂ ਸਹੀ ਕਰੋ ਇਹ ਉਸ ਗੱਡੀ ਸਟਾਰਟ ਕਰ ਦਿੱਤੀ ਹੈ ਹੁਣ ਰੋਡ ਤੇ ਪਾਣਾ ਸੇ ਥੋੜਾ ਜਿਹਾ ਟਾਇਰ ਜਵਾਬ ਉਹ ਹਰ ਚੀਜ਼ ਕਰਦੇ ਪਏ ਹਾਂ ਸਾਲਾ ਜਿਵੇਂ ਹੜੱਪਾ ਸਭਤਾ ਵੇਲੇ ਦੇ ਚਲਾਉਂਦੇ ਹੋਣਗੇ ਉੱਥੋਂ ਕੱਢ ਕੇ ਲਿਆਂਦਾ ਇਹ ਕਿਹੜਾ ਸਨ ਕਿਹੜਾ ਦਾ ਮਾਡਲ ਇਹ 49 ਦਾ ਮਾਡਲ 49 1949 ਮਾਡਲ ਦਰਸ਼ਕੋ ਦੇਖ ਸਕਦੇ ਹੋ ਨੇੜੇ ਕਰਕੇ ਦਿਖਾ ਦਈਏ ਆ ਸਾਰੇ ਇਹਦਾ ਇਹ ਜਾਂ ਸੀਗਾ ਤੇ ਹਰ ਚੀਜ਼ ਓਰੀਜਨਲ ਹਰ ਚੀਜ਼ ਓਰੀਜਨਲ ਆ ਰੋਬੜੇ ਪੈ ਚੁੱਕਿਆ ਪਤਾ ਨਹੀਂ ਕਿੰਨੀਆਂ ਕ ਮਾਰਾਂ ਝੱਲ ਕੇ ਵਿਚਾਰਾ ਇੱਥੇ ਪਹੁੰਚਿਆ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਏਸ਼ੀਆ ਦੀ ਸਭ ਤੋਂ ਵੱਡੇ ਕਵਾੜ ਬਾਜ਼ਾਰ ਦੇ ਵਿੱਚ ਲੈ ਕੇ ਆ ਗਿਆ ਏਸ਼ੀਆ ਦਾ ਸਭ ਤੋਂ ਵੱਡਾ ਕਵਾੜ ਬਾਜ਼ਾਰ ਅੱਜ ਤੁਹਾਨੂੰ ਉਹ ਮੋਟਰਸਾਈਕਲ ਦਿਖਾਉਣੇ ਆ ਜਿਹੜੇ ਕਦੇ ਤੁਸੀਂ ਵੇਖੇ ਵੀ ਨਹੀਂ ਹੋਣਗੇ ਤੇ ਸੁਪਨਾ ਤੁਹਾਨੂੰ ਦਾ ਆਉਣਾ ਦੂਰ ਦੀ ਗੱਲ ਆ ਤੇ ਆਜੋ ਤੁਹਾਨੂੰ ਮਾੜਾ ਜਿਹਾ ਮੈਂ ਦਿਖਾ ਦੇ ਇਧਰਲੇ ਪਾਸੇ ਕਿੱਥੇ ਆ ਮੈਂ ਲਾਡੀ ਭਾਟੀਆ ਜੀ ਨਾਲ ਆ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੜ੍ਹਦੀ ਕਲਾ ਜੀ ਤੇ ਆਪਣੇ ਕੋਲ 1936 ਤੋਂ ਲੈ ਕੇ ਮੋਟਰਸਾਈਕਲ ਤੇ ਬਾਈ ਜੀ ਅੱਜ ਕੀ ਦਿਖਾਓਗੇ ਫਿਰ ਜੀ ਜੀ ਇਹ ਦੇਖੋ ਇਹ ਓਰੀਜਨਲ ਜੀ ਮਾਡਲ ਨੇ ਲੋਕਾਂ ਨੇ B1 G2 ਤੇ ਬਹੁਤ ਸੁਣਨੇ ਹੋਣਗੇ ਜਾਂ ਦੇਖੇ ਹੋਣਗੇ ਜੀ ਤਾਂ ਮਤਲਬ ਜੀ ਮਾਡਲ ਔਰ ਜੇ ਮਾਡਲ ਨਹੀਂ ਦੇਖੇ ਹੋਣੇ ਜੀ ਉਹ ਟਵਾਨਾ ਮਾਡਲ ਦਿਖਾਣੇ ਆ ਜੀ F54 ਦਾ ਮਾਡਲ ਆ ਦਿਖਾਈ ਚੱਲੇ ਨਾਲ ਦੇ 4 ਮਾਡਲ ਜੀ ਮਾਡਲ ਓਰੀਜਨਲ ਹੈਗਾ ਅੱਜ ਤੱਕ ਦਾ ਓਰੀਜਨਲ ਪੇਂਟ ਗੱਡੀ ਇਹ 1954 ਮਾਡਲ ਸਾਰਾ ਓਰੀਜਨਲ ਬੁਲਟ ਕਿਹੜਾ ਪੇਂਟ ਤੋਂ ਲੈ ਕੇ ਜੀ ਮਾਡਲ ਕਿੰਨ ਕਹਿੰਦੇ ਜੀ ਮਾਡਲ ਆ ਇਹ ਦੇਖੋ ਲੈ ਆ ਹਿਸਾਬ ਦਾ ਬਾਈ ਜੀ ਸੰਭਿਆ ਬੜਾ ਪਿਆ ਇਹ ਆਪਣੇ ਕੋਲੇ ਲੁਕੋ ਕੇ ਕਿਵੇਂ ਰੱਖਿਆ ਇਹ ਦੇਖੋ ਆ ਹੋ ਗਿਆ ਇਹ ਹੈਗਾ ਜੀ ਮਾਡਲ ਤੇ ਆਹ ਇਹਦੀ ਕੀ ਖਾਸੀਅਤ ਸੀ ਇਹਨਾਂ ਦੀ ਇਹਨਾਂ ਦੀ ਆਪਣੀ ਟਾਈਮ ਦੀ ਰਾਉਂਡ ਚੇਸਿਸ ਹੁੰਦੇ ਸੀ ਔਰ ਮੈਗਨੇਟ ਸਟਾਰਟ ਗੱਡੀਆਂ ਨੇ ਔਰ ਅੱਖਾਂ ਬੰਦ ਕਰਕੇ ਮਤਲਬ ਕੋਈ ਬੈਟਰੀ ਦਾ ਰੋਲ ਨਹੀਂ ਇਹਦੇ ਚ ਕੁਝ ਰੋਲ ਨਹੀਂ ਹੈ ਬਸ ਜਦ ਮਤ ਪੈਟਰੋਲ ਪਾਓ ਤੇ ਚਲਾਓ ਬਸ ਨਹੀਂ ਕੰਮ ਇਹਨਾਂ ਨੂੰ ਖਾਲੀ ਪਾਣੀ ਤੋਂ ਬਚਾ ਕੇ ਰੱਖਣਾ ਪੈਂਦਾ ਹੋਰ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਾਣੀ ਦੀ ਦਿੱਕਤ ਕੀ ਪਾਣੀ ਦੀ ਡੈਨਮੋ ਮੈਗਨੇਟ ਇਹਨਾਂ ਨੂੰ ਥੋੜਾ ਜਿਹੜਾ ਹੁੰਦਾ ਇਹਨਾਂ ਦਾ ਜੀ ਇਹ ਡੈਨਮੋ ਮੈਗਨੇਟ ਲੱਗਾ ਜੀ ਇਹ ਇਹਨਾਂ ਨੂੰ ਥੋੜਾ ਪਾਣੀ ਤੋਂ ਬਚਾਉਣਾ ਪੈਂਦਾ ਜੀ ਅਗਰ ਇਹ ਪਾਣੀ ਤੁਸੀਂ ਬਰਸਾਤੇ ਬਚਾ ਲੈਂਦੇ ਹੋ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ 100 ਸਾਲ ਚੱਲਦੀਆਂ ਨੇ ਕੋਈ ਦਿੱਕਤ ਨਹੀਂ ਜੀ ਤੇ ਇਹ ਕਿਹੜਾ ਮਾਡਲ ਸੀ ਇਹ 57 ਮਾਡਲ ਹੈਗਾ 57 ਮਾਡਲ 1957 ਮਾਡਲ ਹੋ ਗਿਆ ਦੇਖੋ ਜੀ ਇਹ ਤੇ ਆਹ ਆਹ ਕੀ ਸੀ ਦੀ ਚੋਕ ਚੋਕ ਜੀ ਆ ਚੋਕ ਹੋ ਗਈ ਇਹਦੀ ਆ ਹਾਰਨ ਇਹਦੇ ਇਸ ਜੀ ਹਰ ਚੀਜ਼ ਓਰੀਜਨਲ ਗੱਡੀ ਦਾ ਇਹ ਵੀ ਸਾਰਾ ਕੁਝ ਓਰੀਜਨਲ ਆ ਵੀ ਹਾਰਨ ਹਿਸਾਬ ਦਾ ਹੁੰਦਾ ਸੀ ਉਦੋਂ ਹੈਨਾ ਆ ਨੰਬਰ ਪਲੇਟ ਵੀ ਉਹਦੇ ਇੱਥੇ ਲਾਈ ਹੁੰਦੀ ਸੀ ਸਿਕੰਦਰ ਦੀ ਟੋਪੀ ਦੀ ਤਰ੍ਹਾਂ ਹੁੰਦੀ ਹੈ ਜੀ 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 ਬਿਲਕੁਲ ਇਸ ਮਾਡਲ ਹੀ ਚੰਦਾ ਹੁੰਦਾ ਦੇਖੋ ਇਧਰਲੇ ਪਾਸੇ ਦਿਖਾ ਦਈਏ ਇਹਦੀ ਕੀ ਖਾਸੀਅਤ ਸੀ ਵੀਰ ਜੀ ਹੋਰ ਇਹਦਾ ਕਲਚ ਕਵਰ ਛੋਟਾ ਹੁੰਦਾ ਹੈ ਇੰਜਨ ਕੰਪੈਕਟ ਹੁੰਦਾ ਇਹਦਾ ਤੇ ਤੁਸੀਂ ਇਸ ਤਰਫ ਜਿਹੜਾ ਟਾਈਮਿੰਗ ਦੀ ਤਰਫ ਵੀ ਦੇਖੋਗੇ ਨਾ ਜੀ ਤੇ ਟਾਈਮਿੰਗ ਦੀ ਪਲੇਟ ਵਗੈਰਾ ਹਰ ਚੀਜ਼ ਛੋਟੀ ਹੈ ਜੀ ਹਰ ਚੀਜ਼ ਛੋਟੀ ਹੈ ਹਾਂ ਬਸ ਦਿਖਾ ਘੁਮਾ ਕੇ ਦੇਖ ਸਕਦੇ ਆ ਲਓ ਜੀ ਟਾਈਮਿੰਗ ਵਗੈਰਾ ਟਾਈਮਿੰਗ ਪਲੇਟ ਹਰ ਚੀਜ਼ ਛੋਟੀ ਹੁੰਦੀ ਹੈ ਹਰ ਚੀਜ਼ ਛੋਟੀ ਹੈ ਇਹ ਕਿਉਂ ਦਰਸ਼ਕੋ ਦੱਸਿਓ ਕਮੈਂਟ ਕਰਕੇ ਦੱਸਿਓ ਵੀ ਕੀ ਇਹ ਤੁਸੀਂ ਵੇਖੇ ਸੀ ਹਾਂ ਪੁੱਛਣਾ ਬਣਦਾ ਵਾ ਤੇ ਇੱਕ ਵੀਰ ਜੀ ਇਹ ਇਹ ਕਿੰਨੇ ਸਟ੍ਰੋਕ ਹੁੰਦਾ ਇਹ 350 ਹੈ ਇਹ 350 ਸਹੀ ਸਭ 350 ਆਂਦੇ ਇਹ 350 ਦੇ ਵਿੱਚ ਆ ਵੀ 350 ਬੁਲਟ ਦੇ 350 250 ਔਰ ਮੇਰੇ ਕੋਲ ਸੱਲਰ ਬੜਾ ਇੰਡੀਆ ਵਨ ਪੀਸ 750 ਸੀਸੀ 750 ਸੀਸੀ ਦਾ ਕੌਨਸੋਲੇਸ਼ਨ ਵੀ ਹੈਗਾ ਅੱਛਾ ਉਹ ਇੱਕ ਹੀ ਇੰਡੀਆ ਚ ਇੱਕੋ ਇੰਡੀਆ ਚ ਉਹ ਕਿੱਥੇ ਆ ਉਹ ਮੇਰੇ ਘਰ ਖੜਾ ਆਪਾਂ ਉਹ ਵੀ ਮਿਲਾਵਾਂਗੇ ਕਿਸ ਦਿਖਾਵਾਂਗੇ ਦਰਸ਼ਕਾਂ ਨੂੰ ਆਪਣੇ ਨੂੰ ਤੇ ਆਹ ਹਸਵੀਰ ਜੀ ਇੱਕੋ ਐਬੀਐਸ ਹੈਗਾ 62 ਮਾਡਲ ਰੇਸਿੰਗ ਮਾਡਲ ਬੋਲਦੇ ਕੰਬਾਈਨ ਇੰਜਨ ਅੱਛਾ 1962 ਮਾਡਲ ਰੇਸਿੰਗ ਵਾਲਾ ਰੇਸਿੰਗ ਮਾਡਲ ਉਸ ਵਕਤ ਜੀ ਰੇਸਿੰਗ ਸੀਗਾ ਇਹ ਜੀ ਦੇਖੋ ਵੀ ਦਰਸ਼ਕੋ ਬਹੁਤ ਰੰਗ ਰੂਪ ਹੈ 350 ਸੀਸੀ ਹੈਗਾ ਜੀ ਅਗਲਾ ਦੇਖ ਲਓ ਇਹ ਬੀਐਸ 250 ਹੈਗਾ ਇਹ 250 ਮਤਲਬ 250 ਠੀਕ ਹੈ ਬੀਐਸ 250 ਹੈ ਇਹਦੀ ਕੀ ਖਾਸੀਅਤ ਸੀ ਵੀਰ ਜੀ ਇਹ ਆਪਣੇ ਟਾਈਮ ਦੀ ਮਤਲਬ ਬੀਐਸ ਦੀ ਸਾਰੀ ਰੇਂਜ ਆਉਂਦੀਆਂ ਸੀ 50 ਸੀਸੀ ਤੋਂ ਲੈ ਕੇ 100 125 150 250 ਅੱਗੇ ਦੇਖੋ ਕਿ 500 ਸੀਸੀ ਆ ਗਿਆ ਟਵਿਨ ਇੰਚ ਆ ਗਿਆ ਮੇਰੇ ਕੋਲ ਤੇ ਇਹ ਇੰਗਲੈਂਡ ਦੇ ਬਣੇ ਸੀ ਸਭ ਇੰਗਲੈਂਡ ਦੇ ਜੀ ਜੀ ਚਲਾਨ ਦਾ ਮਜ਼ਾ ਹੀ ਕੁਛ ਹੋਰ ਆਉਂਦਾ ਲਓ ਜੀ ਦੇਖੋ ਸਾਰਾ ਚੀਜ਼ ਓਰੀਜਨਲ ਆ ਦਰਸ਼ਕੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬਹੁਤ ਪਿਆਰੇ ਤੇ ਇਹ ਉਹਨਾਂ ਸਮਿਆਂ ਦੇ ਵਿੱਚ ਤਕੜੇ ਬੰਦਿਆਂ ਕੋਲੇ ਸੀ ਤਕੜੇ ਬੰਦੇ ਹਾਂ ਰਾਜੇ ਮਹਾਰਾਜੇ ਦਾ ਸ਼ੌਂਕ ਹੁੰਦਾ ਤੇ ਅੱਜ ਵੀ ਇਹ ਮਹਾਰਾਜਿਆਂ ਕੋਲੇ ਹੀ ਆ ਭਾਵੇਂ ਖੜੇ ਇੱਥੇ ਕਿਉਂਕਿ ਇਹ ਸਾਹਮਣੇ ਬਹੁਤ ਔਖੇ ਆ ਵੱਡਾ ਦਿਲ ਚਾਹੀਦਾ ਬੀਐਸ 3.5 ਹੈਗਾ ਆ ਜਿਹੜਾ ਆ ਰੰਗ ਪੈਟ ਕਲਰ ਜਿਹਾ ਜੀ ਦੇਖੋ ਆ ਹੈਗਾ 350 ਕਿਹੜਾ ਜੀ ਇਹ ਨਾ ਇਹਦਾ ਮਿਲਟਰੀ ਮਾਡਲ ਬੋਲਦੇ ਨੇ ਪਲੰਜਰ 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 ਦੇਖੋ ਦਰਸ਼ਕੋ ਇਹ ਹੈਗਾ ਵੀ ਮਿਲਟਰੀ ਮਾਡਲ ਦੇ ਵਿੱਚ ਹੈਗਾ ਦੇਖੋ ਰੰਗ ਦਾ ਆ ਲੈ
ਇਹ ਵੀ ਬਹੁਤ ਪਿਆਰਾ ਤੇ ਇਹ ਸਾਰੇ ਹੀ ਓਰੀਜਨਲ ਆ ਪੂਰੀ ਓਰੀਜਨਲ ਤੇ ਆ ਮਗਰ ਕੀ ਲੱਗਿਆ ਦਾ ਆ ਇਹ ਜਿਹੜੇ ਲੱਗਣੇ ਦੇ ਆਪਣਾ ਜਰੀ ਕੈਨ ਲਗਾਉਣ ਲੋ ਬੈਗ ਲਗਾਉਣ ਵਾਸਤੇ ਆਰਮੀ ਦੇ ਰੈਕ ਹੁੰਦੇ ਨੇ ਜੀ 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 ਕੋਈ ਆਪਣਾ ਕੱਪੜਾ ਲੱਤਾ ਕੋਈ ਆਰਮੀ ਦੇ ਰੈਕ ਲੱਗੇ ਹੁੰਦੇ ਹਾਂ ਅਗੇ ਸਫਰ ਕਰਦੇ ਸੀ ਤਾਂ ਕਿਉਂ ਕੱਪੜਾ ਲੱਤਾ ਲੈਣਾ ਇਹ ਹੋ ਗਏ ਤੇ ਇਸ ਤੋਂ ਬਾਅਦ ਆਪਾਂ ਚੱਲ ਗਏ 1936 ਵੱਲ ਆ ਬੌਬੀ 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 ਇਹ ਬੌਬੀ ਫਿਲਮ ਵਿੱਚ ਜੀਐਸਟੀ ਆਈ ਸੀ ਜੀ ਜੀ ਟੀਐਸ ਜੀ ਇਹਦੀ ਬਹੁਤ ਪਿਆਰਾ 75 ਸੀਸੀ ਜੀ ਦੇਖੋ ਇਹ ਕਿਹੜਾ ਮਾਡਲ ਹੈ ਜੀ 1975 ਆਪਣਾ 20 ਗਨ ਸਲੂਟ ਦੀ ਸਭ ਰੈਲੀਆਂ ਚ ਫਸਟ ਪ੍ਰਾਈਜ਼ ਮਾਰ ਕੇ ਆਇਆ ਅੱਛਾ ਫਸਟ ਪ੍ਰਾਈਜ਼ ਲੈ ਕੇ ਆਇਆ ਜੀ ਜੀ ਤੇ ਫਿਰ ਕਿੰਨਾ ਚਿਰ ਹੋ ਗਿਆ ਵੀ ਜੀ ਤੁਹਾਨੂੰ ਕੋਲ ਰੱਖਿਆ ਨੂੰ ਸ਼ੌਂਕ ਕਿਵੇਂ ਪਿਆ ਇਹ ਸ਼ੌਂਕ ਤੇ ਖਾਂਦਾ ਨਹੀਂ ਕਹਿ ਲੋ ਹਾਂ ਤੇ ਫਾਦਰ ਨੂੰ ਵੀ ਹੁੰਦੇ ਸੀ ਉਹਨਾਂ ਕੋਲ ਵੀ ਆਪਣੀ ਟਾਈਮ ਗੱਡੀ ਆਉਣੀ ਰੱਖਦੇ ਹੁੰਦੇ ਸੀ ਜੀ ਤੇ ਉਸ ਤੋਂ ਬਾਅਦ ਸਾਨੂੰ ਵੀ ਇਹ ਪੈ ਗਿਆ ਸ਼ੌਂਕ ਤੇ ਉਹ ਬਲੱਡ ਲਾਈਨ ਹੋਵੇ ਤੇਰੀ ਚੱਲ ਰਿਹਾ ਤੇ ਇਹ ਦੇਖੋ ਸਾਰਿਆਂ ਨੂੰ ਜਿਹੜੇ ਟਰੋਫੀ ਪ੍ਰਾਈਜ਼ ਮਿਲੇ ਨੇ ਉਹ ਵੀ ਆਪਾਂ ਦਿਖਾ ਦੇਵਾਂਗੇ ਦੂਜੀ ਗੱਲ ਆਹ ਇਹਦੀ ਖਾਸੀ ਦੱਸਿਓ ਵੀ ਆਹ ਬਹੁਤ ਇਹਨੂੰ ਗਟਰ ਫੋਰਕ ਬੋਲਦੇ ਨੇ ਆਹ ਜੀ 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 ਇਹ ਜਿਹੜਾ ਸ਼ੌਕਅਪ ਨੇ ਨਾ ਇਹ ਫਰੰਟ ਸ਼ੌਕਅਪ ਦਾ ਕੰਮ ਕਰਦਾ ਇਹ ਗਟਰ ਫੋਰਕ ਹੈਗਾ ਜੀ ਗਟਰ ਫੋਰਕ ਇਹ ਸਪੋਰਟਸ ਬਾਈਕ ਤਰ੍ਹਾਂ ਲੱਗਦਾ ਬਿਲਕੁਲ ਇਹ ਤੁਸੀਂ ਕਦੀ ਹਾਈਵੇ ਤੇ ਲੰਬੇ ਤੇ ਜਾਓਗੇ ਇਹ ਫਰੰਟ ਸ਼ੌਕਰ ਤੋਂ ਜ਼ਿਆਦਾ ਆਰਾਮਦਾਇਕ ਰਹਿੰਦਾ ਤੇ ਇੱਕ ਇਹਨਾਂ ਦੀ ਟੈਂਕੀ ਸਾਈਡ ਤੇ ਇਹ ਇਹਦੇ ਚ ਡੰਪਰ ਹੁੰਦਾ ਮਤਲਬ ਉਸ ਵਕਤ ਦਾ ਕਰੂਜ਼ ਹੈਗਾ ਅੱਛਾ ਕਰੂਜ਼ ਵੀ ਸੀਗਾ ਉਹ ਮਤਲਬ ਇਹਨੂੰ ਟਾਈਟ ਕਰ ਦੋ ਤੇ ਹੈਂਡਲ ਛੱਡ ਦੋ ਤੇ ਆਪਣਾ ਅੱਖਾਂ ਬੰਦ ਕਰਕੇ ਚੱਲੀ ਜਾਂਦਾ ਯਾਰ ਕਰੂਜ਼ 1936 ਦੇ ਵਿੱਚ ਵੀ ਮੋਟਰਸਾਈਕਲਾਂ ਦੇ ਵਿੱਚ ਕਰੂਜ਼ ਆਉਂਦਾ ਸੀ ਜਿਹੜੀਆਂ ਹੁਣ ਆਪਣੀਆਂ ਗੱਡੀਆਂ ਚ ਆਉਂਦਾ ਬਸ ਇਹਨੂੰ ਟਾਈਟ ਕਰ ਦਿਓ ਹੈਂਡਲ ਛੱਡ ਦਿਓ ਬਸ ਤੇ ਹੈਂਡਲ ਛੱਡ ਦਿਓ ਸਿੱਧਾ ਬਸ ਟਾਪੋ ਟਾਪ ਚੱਲੀ ਟਾਪੋ ਟਾਪ ਤੇ ਇਹਦਾ ਆਹ ਟੱਕਣ ਸਾਈਡ ਤੇ ਕਿ ਹੁੰਦੇ ਸੀ ਟੈਂਕੀ ਦਾ ਆਮ ਹੁਣ ਵਿਚਾਲੇ ਆਉਂਦੇ ਆ ਵਿਚਾਲੇ ਆਉਂਦੇ ਟੈਂਕੀ ਸਾਈਡ ਇਸ ਇਹਦੇ ਡਬਲ ਟੀ ਪੈਟਰੋਲ ਹੈ ਮਤਲਬ ਇਹਦੇ ਮਾਡਲ ਇਹਨਾਂ ਸੋਹਣਾ ਬਣਾਉਂਦੇ ਸੀ ਇਹ ਲੋ ਕਿ ਦੇਖਣ ਨੂੰ ਸੈਂਟਰ ਤੇ ਆਮ ਹੁੰਦੇ ਹੋ ਜਾਂਦਾ ਸੀ ਨਾ ਉਹਨੂੰ ਥੋੜੇ ਹਟ ਕੇ ਬਣਾਉਣ ਵਾਸਤੇ ਕਦੀ ਸੈਂਟਰ ਕਰਤਾ ਕਦੀ ਸਾਈਡ ਤੇ ਕਰਤਾ ਉਹ ਡਬਲ ਪੈਟਰੋਲ ਟੀ ਹੈਗੀ ਇਹਦੇ ਜੀ ਔਰ ਦੋਨੋਂ ਪਾਸੇ ਪੈਟਰੋਲ ਨਿਕਲਦਾ ਤੇ ਬੰਦਾ ਐਸੀ ਟੈਕ ਹੁੰਦੀ ਸੀ ਜਾਂ ਲਾ ਸਕਦਾ ਸੀ ਦੇਖੋ ਕੋਈ ਸ਼ੌਕਅਪ ਨਹੀਂ ਹੈਗਾ ਇਹਦਾ ਇਧਰ ਹੀ ਦਿਖਾ ਦਿਓ ਆਦੇ ਕੋਈ ਸ਼ੌਕਰ ਪਿੱਛੇ ਵਿਦਆਊਟ ਸ਼ੌਕਅਪ ਰਿਚਰਡ ਹੈਗੀ ਪਿੱਛੇ ਬਿਲਕੁਲ ਰਿਚਰਡ ਹੈਗੀ ਦੇਖੋ ਕੋਈ ਸ਼ੌਕਰ ਵਗੈਰਾ ਕੁਝ ਨਹੀਂ ਇਹਦੇ ਦੇਖੋ ਲੈ ਆ ਖਾਲੀ ਪਿਆ ਵਾ ਤੇ ਸੀ ਟੈਕ ਲੱਗ ਸਕਦੀ ਸੀ ਜਾਂ ਨਹੀਂ ਸੀਟ ਲੱਗ ਸਕਦੀ ਲਗਾਣਾ ਚਾਹੋ ਲੱਗ ਸਕਦੀ ਕੋਈ ਦਿੱਕਤ ਨਹੀਂ ਹਾਂ ਨਹੀਂ ਤਾਂ ਦੇਖੋ ਇਕੱਲੇ ਨੇ ਗੇੜਾ ਦੇਣਾ ਤਾਂ ਕਿਤੇ ਦੇਖੋ ਵੀ ਚੀਜ਼ਾਂ ਤਾਂ ਉਦੋਂ ਵੀ ਇਹ ਵੀ ਇੰਗਲੈਂਡ ਮੇਡ ਆ ਇੰਗਲੈਂਡ ਮੇਡ ਹੈ ਜੀ ਇਹ ਵੀ ਪਿਓਰ ਇੰਗਲੈਂਡ ਹੈਗਾ ਪਿਓਰ ਇੰਗਲੈਂਡ ਦਾ ਬਣਿਆ ਹੋਇਆ ਵੱਡੀ ਗੱਲ ਆ ਤੁਸੀਂ ਦੱਸੇ ਕਰੂਜ਼ ਲੱਗ ਜਾਂਦਾ ਸੀ ਹਾਂਜੀ ਇਹ ਉੱਪਰ ਦਾ ਕੰਮ ਕਰਦਾ ਸਟੀਅਰਿੰਗ ਟਾਈਟ ਕਰਕੇ ਛੱਡ ਦੋ ਤੇ ਉਸ ਨੂੰ ਟਾਪੋ ਟਾਪ ਜਿਵੇਂ ਮਰਜ਼ੀ ਚੱਲੀ ਜਾ ਵਾਹ ਜੀ ਵਾਹ ਜੇ ਲੰਬੇ ਚੱਲਣਾ ਹੋਏ ਤੇ ਜੈਪੁਰ ਉਦੇਪੁਰ ਤੱਕ ਦੇ ਨਾਲੇ ਦੇ ਤੇ ਚੜ ਕੇ ਗਿਆ ਕੋਈ ਦਿੱਕਤ ਨਹੀਂ ਆਂਦੀ ਕੋਈ ਕੁਝ ਨਹੀਂ ਤੇ ਹੁਣ ਆਪਾਂ ਕਈ ਵਾਰ ਦੇਖਦੇ ਨਹੀਂ ਵੀ ਗੱਡੀ ਚੰਗੀ ਲੈ ਕੇ ਜਾਇਓ ਹਾਂ ਹਨਾ ਤੇ ਉਦੋਂ ਲੋਕ ਹੋਏ ਤੇ ਦੇਖੋ ਕਿੰਨਾ ਸਫਰ ਤੁਸੀਂ ਤੈਅ ਤੇ ਕੀਤਾ ਦੇਖੋ ਬੀਐਸਏ 500 ਹੈਗਾ ਬੀਐਸਏ 500 ਬੀਐਸਏ 500 ਹੁਣੇ ਆਇਆ ਮੇਰੇ ਕੋਲ ਬਾਕੀ ਸਟਾਰਟ ਕਰ ਦਿੱਤਾ ਹੁਣ ਰੰਗ ਪੇਂਟ ਕਰਾਂਗੇ ਇਹਨੂੰ ਹਾਂਜੀ ਇਹ ਕਿੰਨਾ ਮਾਡਲ 42 ਦਾ 1942 ਗੱਲ ਕਰੀਏ ਦਰਸ਼ਕੋ ਦੇਖ ਸਕਦੇ ਹੋ ਨੇੜੇ ਕਰਕੇ ਦਿਖਾ ਦਈਏ ਆ ਸਰ ਇਹਦਾ ਇਹ ਜਿਹਾ ਸੀਗਾ ਹਰ ਚੀਜ਼ ਓਰੀਜਨਲ ਰੋਬੜੇ ਪੈ ਚੁੱਕੇ ਆ ਪਤਾ ਨੀ ਕਿੰਨੀਆਂ ਕੁ ਮਾਰਾਂ ਝੱਲ ਕੇ ਵਿਚਾਰਾ ਇੱਥੇ ਪਹੁੰਚਿਆ ਵਾ ਸਰਚ ਬਸ ਬਸ ਸਰ ਚ ਰੋਬੜੇ ਪਏ ਹੋਏ ਇਹਦੇ ਆ ਲਾਇਆ ਇੱਥੇ ਸਾਈਡ ਤੇ ਦੇ ਦਿੱਤੇ ਹੋਏ ਮੀਟਰ ਵਗੈਰਾ ਇੱਕ ਸੈਂਟਰ ਚ ਆ ਤੇ ਆਹ ਇਹਦੀ ਹਾਲਤ ਆ ਇਹ ਆਕਸ਼ਨ ਤੋਂ ਖਰੀਦੇ ਬੀਐਸਏ ਇਹ ਇੰਗਲੈਂਡ ਮੇਡ ਆ ਤੇ ਇਹ ਫਿਰ ਬਾਈ ਜੀ ਇਹਨਾਂ ਚ ਕੀ ਖਾਸੀਅਤ ਸੀ ਇਹਨਾਂ ਦੇ ਵਿੱਚ ਇਹਦੇ ਇਸ ਮੋਟਰ ਸਾਈਕਲ ਪਹਿਲੇ ਕੀ ਹੁੰਦਾ ਸੀ ਦਾਦਾ ਲੈਂਦਾ ਸੀ ਪੋਤਾ ਵਰਤਦਾ ਸੀ ਅੱਜ ਦੀ ਗੱਡੀ ਹੈਗੀ ਯੂਜ਼ ਐਂਡ ਥਰੋ ਚਲਾਓ ਔਰ ਫੇਂਕੋ ਡਿਸਪੋਜ਼ਲ ਗਲਾਸ ਵਾਂਗੂ ਇਹਨਾਂ ਦਾ ਬਸ ਹਾਂ ਉਹ ਡਿਸਪੋਜ਼ਲ ਗਲਾਸ ਵਰਗੇ ਇਹ ਹੁੰਦੇ ਪੁਰਾਣੇ
ਪਿੱਤਲ ਵਾਲੇ ਗਲਾਸ ਹਾਂ ਸਦਾ ਬਾਹਰ ਚਲਦੇ ਰਹਿੰਦੇ ਨਾਲ ਕੁਝ ਨਹੀਂ ਵਿਗੜਦਾ ਇਹਨਾਂ ਦਾ ਹੁਣ 1959 ਦੱਸਿਆ ਤੁਸੀਂ ਤੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਤੁਸੀਂ ਹਿਸਾਬ ਲਗਾਓਗੇ ਤੇ ਦੇਸ਼ ਦੁਬਾਰੇ ਗੁਲਾਮ ਹੋਣ ਵਾਲਾ ਹੋਇਆ ਪਿਆ ਵਾ ਹਾਂ ਸਹੀ ਗੱਲ ਤੇ ਇੰਨਾ ਹੀ ਪੁਰਾਣਾ ਮਾਡਲ ਆ ਲਾ ਲਓ ਸਾਹ ਹਲਕਾ ਜਿਹਾ ਹੱਥ ਫਿਰਨਾ ਤੇ ਗੱਡੀ ਫਿਰ ਐਸਫਲਟ ਦੀ ਫਿਰ ਜਵਾਨ ਹੋ ਜਾਣੀ ਹਾਂ ਤੇ ਹੱਥ ਫੇਰਨ ਦੀ ਲੋੜ ਆ ਅਸੀਂ ਉਸ ਨੂੰ ਸਾਰਾ ਕੁਝ ਸੈੱਟ ਕਰ ਲੈਣਾ ਚੰਗੇ ਹੱਥਾਂ 'ਚ ਆ ਗਿਆ ਇਹ ਹਾਂ ਹੁਣ ਜਦੋਂ ਸਹੀ ਜਗ੍ਹਾ ਪਹੁੰਚ ਗਿਆ ਸਹੀ ਜਗ੍ਹਾ ਪਹੁੰਚ ਗਿਆ ਚੰਗੇ ਹਸਪਤਾਲ 'ਚ ਆ ਚੁੱਕਿਆ ਦਰਸ਼ਕ ਹੋਣੇ ਦਾ ਇਲਾਜ ਚੱਲਣਾ ਵਾ ਤੇ ਵੈਸੇ ਸੈੱਟ ਆ ਆਹ ਦੇਖੋ ਸਾਰਾ ਕੁਝ ਨਾਲ ਦੀ ਗਿਆ ਲੀਵਰ ਵਗੈਰਾ ਮੀਟਰ ਤੋਂ ਲੈ ਕੇ ਹਰ ਚੀਜ਼ ਦੇ ਨਾਲ ਦਾ ਹੈ ਇਹ ਇੰਗਲੈਂਡ ਵਗੈਰਾ ਲਿਖਿਆ ਵੀ ਹੁੰਦਾ ਮੈਡਨ ਕਿੱਥੇ ਕੋਈ ਪਾਰਟ ਦੇਖੋ ਤਾਂ ਉਹਦਾ ਪਾਰਟ ਨੰਬਰ ਵਗਾਦਾ ਇੰਗਲੈਂਡ ਹਰ ਚੀਜ਼ ਲਿਖਿਆ ਹੋਏਗਾ ਮੀਟਰ ਜੀ ਤੁਸੀਂ ਦੇਖੋਗੇ ਧਿਆਨ ਮਾਰੋਗੇ ਮੈਡਨ ਇੰਗਲੈਂਡ ਲਿਖਿਆ ਹੋਏਗਾ हां हां बिल्कुल ना अपना थोड़ा या धुंधला पै चुका कितना कितने ता दर्शको ਹੋਰ ਤਾਂ ਨਹੀਂ ਬਾਈ ਜੀ ਕੋਈ ਆ ਆ ਇਹਦੇ ਤੇ ਮੇਡ ਇਨ ਇੰਗਲੈਂਡ ਲਿਖਿਆ ਅੱਛਾ ਇਹ ਵੀ ਇੰਗਲੈਂਡ ਹੈ ਇਹ ਕਿਹੜੇ ਸਨ ਦਾ ਜੀ 55 ਮਾਡਲ 1955 ਦਾ ਮਾਡਲ ਦਾ ਦਰਸ਼ਕ ਇਹ ਵੀ ਬੋਲਟ ਹੀ ਹੈ ਬੀਐਸ ਰਾਇਲ ਇਨਫੀਲਡ ਇਹ ਵੀ ਇੰਗਲੈਂਡ ਦਾ ਹੀ ਬਣੇ ਹੋਇਆ ਲਗਭਗ ਜਿੰਨੇ ਵੀ ਤੁਸੀਂ ਵੇਖਿਆ ਸਾਰੇ ਇੰਗਲੈਂਡ ਦੇ ਹੀ ਬਣੇ ਹੋਏ ਆ ਤੇ ਪਹੁੰਚੇ ਕਿੱਥੇ ਆ ਅਸੀਂ ਖਜ਼ਾਨਾ ਹੀ ਲੱਭਣਾ ਸੌਖਾ ਨਹੀਂ ਸੀ ਏਸ਼ੀਆ ਦੇ ਸਭ ਤੋਂ ਵੱਡੇ ਏਸ਼ੀਆ ਦੇ ਸਭ ਤੋਂ ਵੱਡੇ ਕਵਾੜ ਬਾਜ਼ਾਰ ਚ ਵੀਰ ਜੀ ਹਾਂਜੀ ਇਹ ਕਿੰਨਾ ਕੁ ਪੁਰਾਣਾ ਹੋਊਗਾ ਬਾਜ਼ਾਰ ਆਪਣਾ ਇੱਕ ਵਾਰ ਯਾਰ ਵੈਸੇ ਤੇ 75 ਵਿੱਚ ਆਪਣੇ ਇੱਥੇ ਆਇਆ ਜੀ ਪਹਿਲੇ ਮਤਲਬ ਅਲੱਗ ਅਲੱਗ ਇਹਨਾਂ ਦੇ ਸੀ ਕੋਈ ਪਾੜਗਨ ਸੀ ਕੋਈ ਨਵੀਂ ਕ੍ਰੀਮ ਸੀ ਇਹਨਾਂ ਨੂੰ ਫਿਰ ਇੰਡੀਆ ਗਵਰਨਮੈਂਟ ਨੇ ਇੱਕੋ ਜਗ੍ਹਾ ਸਾਨੂੰ ਅਲਾਟ ਕਰ ਦਿੱਤਾ ਤੇ ਇਹਦੇ ਚ ਸਾਰਾ ਮਤਲਬ ਤੁਸੀਂ ਜਹਾਜ਼ ਤੋਂ ਲੈ ਕੇ ਜਿਹਦਾ ਮਰਜ਼ੀ ਸਪੇਅਰ ਪਾਰਟ ਮੰਗੋ ਹਰ ਚੀਜ਼ ਦਾ ਮਿਲਦਾ ਹੈ ਅੱਛਾ ਜਹਾਜ਼ ਦਾ ਕਾਰਾਂ ਦਾ ਸਕੂਟਰਾਂ ਦਾ ਮੋਟਰਸਾਈਕਲਾਂ ਦਾ ਤੇ ਇਹਦੇ ਚ ਵਿੰਟੇਜ ਦਾ ਸਾਡਾ ਹੀ ਖਾਲੀ ਕੰਮ ਹੈਗਾ ਬਾਈਕਾਂ ਦਾ ਅਸੀਂ ਬਾਈਕ ਦਾ ਜੀ ਜੀ ਤੇ ਵੀਰ ਜੀ ਬਹੁਤ ਚੰਗਾ ਲੱਗਿਆ ਰੂਹ ਖੁਸ਼ ਹੋ ਗਈ ਵੀ ਸਾਡੇ ਸਰਦਾਰਾਂ ਨੇ ਵੀ ਤਰੱਕੀ ਕੀਤੀ ਹੈ ਇੱਥੇ ਤੇ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ।